अस्सलाम वालेकुम दोस्तों, क्या हाल चाल है? ठीक ठाक हैं? तो आज का हमारा जो वीलॉग है ना, बहुत ही ना क्या कहते हैं, इंटरेस्टिंग होने वाला है, क्योंकि आज आपको ना बदर एक स्टोरी सुनाएगा पंजाबी में स्पेशल। ठीक है, तो आप ये स्टोरी सुने और साथ में आपको ये अपना गांव का जो है ना करने लगा स्टोरी शुरू, तो हम गौर ना सुनियो। ठीक है, करो जी शुरू। अच्छा भ्राओ जी, गल ए जै पुराना दौर की गल है। तो पुराने दौर सन, भुखा के दिन सन, तो एक मरासी सी। तो वह मरासी नूं कम कुम कोई नहीं सी लभदा, तो पूरी दिहाड़ी नमणा वेला रहिंदा सी। तो अखियां अखियां उहदी जनानी ने ना की कीता, उहनूं करूं जी जनाब जी बाहर कढ दित्ता। उस ठुडे ठुडे मार के उस बाहर कढ दित्ता। उस कहा, असीं भुख नाल मरन डिया, तो तू पूरी दिहाड़ी इत्थे वेला फिरदा रहना, तो तू भाई करूं बाहर निकल जा। वह बादशाह इंज करदा, वह अपना एक वड्डा जिहा बाजा लैंदा, वह गल विच पांदा। वो जिहड़ियां तस्मियां तुस्मियां जिहां आउंदियां, वह बाबा जी उहने गल विच पाईआं, अपने जनाब जो समान लिया किंग बाजा बूजा। तो वह जी करूं जिहड़ा ना बाहर निकल गया जंगल वाली साइड वाल। वह टुरदा 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 एक जंगल विच जांदा, तो जंगल विच वेंदा एक बादशाह वड्डा जिहा आउंदा टिब्बा। तो वह टिब्बे दे उत्ते जा के ना खलो जांदा। वह टिब्बा जिहड़ा सी ना उत्थे ना ऐसी देवां दा ना उत्थे इलाका सी, ते उत्थे दे बड़े आउंदे सन। ਉਹ ਇੱਕ ਦੇ ਜਿਹੜਾ ਨਾ ਦੇ ਕਿਹੜੀ ਚੀਜ਼ ਹੁੰਦੀ ਹੈ ਯਾਰ? ਇਹ ਦੇ ਹੁੰਦੇ ਨੇ ਸਮਝੋ, ਜੰਗਲਾਂ ਵਿੱਚ ਜਿਹੜੇ ਨਹੀਂ ਹੁੰਦੇ, ਆਹ ਪਰੀ ਜ਼ਾਤ ਦੇ ਨਾਲ ਜੇ ਹੁੰਦੇ ਨੇ, ਉਹ ਮਖਲੂਕ ਹੀ ਹੈ ਬਸ ਅੱਲਾਹ ਦੀ, ਅਤੇ ਬੜੇ ਬੜੇ ਵੱਡੇ ਹੁੰਦੇ ਨੇ ਦੇ। ਚਲੋ ਸਹੀ ਹੋ ਗਿਆ। ਉਹ ਜਨਾਬ ਜੀ ਦੇ, ਉਹ ਦੇ ਨੇ ਆਖਿਆ, ਲੈ ਜੀ ਹੁਣ ਤਾਂ ਮੇਰੀ ਤਾਂ ਰੱਬ ਨੇ ਸੁਣੀ ਹੈ, ਅਤੇ ਰੱਬ ਨੇ ਮੇਰਾ ਜਿਹੜਾ ਨਾ ਖਾਣਾ ਉਹ ਤਾਂ ਮੇਰੇ ਘਰ ਦੇ ਦਿੱਤਾ ਹੈ। ਹੈਂ, ਇਹ ਕੋਈ ਬੰਦਾ ਆ ਗਿਆ ਅਤੇ ਬਸ ਅੱਜ ਮੈਨੂੰ ਤਾਂ ਕੋਈ ਇੰਝ ਮੁਸੀਬਤ ਹੀ ਨਹੀਂ ਆ, ਅੱਜ ਤਾਂ ਬਾਦਸ਼ਾਹ ਘਰ ਆਇਆ ਖਾਣਾ, ਇਹ ਆਪਣਾ ਖਾਵਾਂਗਾ ਅਤੇ ਅੱਜ ਪੂਰੀ ਦਿਹਾੜੀ ਮੌਜ ਮਾਰਾਂਗਾ। ਉਹ ਜੀ ਜਨਾਬ ਜੀ ਆ ਜਾਂਦਾ ਮਰਾਸੀ ਕੋਲ। ਉਹ ਆਉਂਦਾ ਮਰਾਸੀ ਨੂੰ, ਹੈਂ ਅੱਜ ਮੈਂ ਤੈਨੂੰ ਨਹੀਂ ਛੱਡਣਾ, ਅੱਜ ਤੂੰ ਨਾ ਮੇਰਾ ਅੱਜ ਖਾਣਾ। ਉਹ ਆਉਂਦਾ, ਉਹ ਕਿਵੇਂ? ਉਹ ਆਖੇ, ਨਾ ਅੱਜ ਤੂੰ ਨਹੀਂ ਬਚਣਾ ਮੇਰੇ ਹੱਥੋਂ। ਉਹ ਦੇ ਆਖਿਆ ਨਾ, ਅੱਜ ਮੇਰੇ ਹੱਥੋਂ ਤੂੰ ਨਹੀਂ ਬਚਣਾ, ਅਤੇ ਮਰਾਸੀ ਨੇ ਆਖਿਆ ਅੱਜ ਤੂੰ ਮੇਰੇ ਹੱਥੋਂ ਨਹੀਂ ਮਰਨਾ। ਉਹ ਸਕਿਆ, ਉਹ ਕਿਵੇਂ? ਉਹ ਸਕਿਆ, ਅੱਲਾ ਦੀ ਮਰਿਆ, ਤੂੰ ਮੈਨੂੰ ਜਾਣਦਾ ਨਹੀਂ, ਮੈਂ ਜਿਬਰਾਇਲ ਫਰਿਸ਼ਤਾ, ਤੇ ਮੈਂ ਤੇਰੀ ਜਾਨ ਕੱਢਣ ਆਇਆ। ਸਹੀ, ਉਹ ਦੇ ਤੇ ਡਰ ਗਿਆ। ਉਹ ਸਕਿਆ, ਲੈ ਖਾ ਅੱਜ ਮੈਂ ਮੁਸੀਬਤ 'ਚ ਪੈ ਗਿਆ। ਉਹ ਆਖੇ, ਨਾ ਇੰਜ ਨਾ ਕਰ, ਅੱਲਾ ਦੀ ਬੰਦਿਆ ਮੇਰੀ ਜਾਨ ਬਖਸ਼ ਦੇ। ਉਹ ਸਕਿਆ, ਨਾ ਅੱਜ ਤੇਰੀ ਜਾਨ ਨਹੀਂ ਮੈਂ ਬਖਸ਼ਣੀ, ਅੱਜ ਤੇਰਾ ਵਕਤ ਆ ਗਿਆ, ਅੱਜ ਤੇਰਾ ਵਕਤ ਆ ਗਿਆ, ਅੱਜ ਬਸ ਤੇਰੀ ਮੈਂ ਜਾਨ ਕੱਢ ਕੇ ਲੈ ਜਾਣੀ। ਉਹ ਦੇ ਪੁੱਛਦਾ, ਯਾਰਾ ਤੂੰ ਹੱਥ ਵਿੱਚ ਕੀ ਨੱਪਿਆ ਆ? ਉਹ ਬਾਜਾ ਜਿਹੜਾ ਨੱਪਿਆ ਹੁੰਦਾ ਉਹਨੇ, ਉਹ ਆਂਦਾ ਇਹ ਹੀ ਮੈਂ ਮਰਾਸੀਆ ਦੀ ਸ਼ਾਨ ਪਹਿਚਾਨ ਜਿਹੜੀ ਹੈ। ਆਹੋ, ਬਾਜਾ ਉਹਨੇ ਗੱਲ ਵਿੱਚ ਪਾਇਆ ਹੁੰਦਾ, ਤੇ ਦੇ ਆਂਦਾ, ਯਾਰ ਇਹ ਕੀ ਹੈ ਜੀ? ਉਹ ਆਂਦਾ, ਨਹੀਂ ਇਹ ਹੀ ਹੈ ਜਿਹਦੇ ਨਾਲ ਮੈਂ ਤੇਰੀ ਜਾਨ ਕੱਢਣੀ ਆ। ਮਰਾਸੀ ਆਂਦਾ, ਮੈਂ ਜਿਬਰਾਇਲ ਫਰਿਸ਼ਤਾ, ਤੇ ਇਸ ਨਾਲ ਹੀ ਮੈਂ ਤੇਰੀ ਜਾਨ ਕੱਢਣੀ ਹੈ। ਉਹ ਤੇ ਹੋਰ ਡਰ ਗਿਆ ਨਾ ਮਾਣਾ, ਉਹ ਤੂੰ ਓਲਾ ਦੀ ਬੰਦੀ ਆ, ਡਰ ਡਰ ਕੇ ਪਿੱਛਾ ਹੋਵੇ, ਤੂੰ ਉਸ ਬਾਬਾ ਜੀ ਗੱਲ ਵਿੱਚੋਂ ਕਿੰਗ ਕੱਢ ਲਈ, ਉਹ ਅੱਗੂ ਕਿੰਗ ਵਜਾਏ। ਹੈਂ, ਉਹ ਹੋਰ ਡਰੇ, ਉਹ ਨੇੜੇ ਨੇੜੇ ਹੁੰਦੇ ਹੋ ਕਰ ਕਿੰਗ ਵਜਾਵੇ, ਉਹ ਡਰੇ। ਉਹ ਆਖੇ, ਲੈ ਅੱਜ ਮੈਂ ਮੁਸੀਬਤ ਨੂੰ ਫਸ ਗਿਆ। ਉਹ ਸਕਿਆ, ਜੂੰ ਜਾਣਦਾ ਮੇਰੀ ਜਾਨ ਬਖਸ਼ ਦੇ, ਤੇ ਤੂੰ ਮੇਰੇ ਨਾਲ ਚੱਲ ਗਾਰ ਵਿੱਚ, ਤੇ ਮੈਂ ਤੈਨੂੰ ਖਜ਼ਾਨਾ ਦੇਣਾ, ਸਹੀ, ਤੇ ਮੇਰੀ ਜਾਨ ਬਖਸ਼ ਦੇ। ਉਹ ਆਖੇ, ਨਹੀਂ ਅੱਜ ਮੈਂ ਨਹੀਂ ਛੱਡਣਾ। ਉਹ ਜਨਾਬ ਜੀ ਉਹ ਗਾਰ ਵਿੱਚ ਲੈ ਜਾਂਦਾ ਮਰਾਸੀ ਨੂੰ। ਉਹ ਕੋਈ ਨਾ ਦੋ ਤਿੰਨ ਨਾ ਪੰਡਾਂ ਜਿਹੜੀਆਂ ਨੇ ਨਾ ਖਜ਼ਾਨੇ ਦੀਆਂ ਭਰ ਕੇ ਤੇ ਪੈਸਿਆਂ ਦੀ ਦਿੰਦਾ, ਤੇ ਉਹ ਆਉਂਦਾ ਮੇਰੀ ਜਾਨ ਬਖਸ਼ ਦੇ। ਮਰਾਸੀ ਆਉਂਦਾ, ਚਲੋ ਠੀਕ ਹੋ ਗਿਆ ਯਾਰਾ, ਤੇਰੀ ਮੈਂ ਜਾਨ ਬਖਸ਼ ਦਿੱਤੀ। ਉਹ ਜਨਾਬ ਜੀ ਲੈ ਕੇ ਜਦੋਂ ਆਉਂਦਾ ਆਪਣੇ ਪਿੰਡ, ਤੇ ਆਪਣੇ ਕਾਰਡ ਲਿਆਂਦਾ, ਤੇ ਬੀਵੀ ਹੁੰਦੀ ਬੜੀ ਖੁਸ਼ ਹੁੰਦੀ, ਬੱਚੇ ਬੜੇ ਖੁਸ਼ ਹੁੰਦੇ ਨੇ। ਉਹ ਜਨਾਬ ਜੀ ਨਾ ਵਾ ਵਾ ਕੋਈ ਜ਼ਮੀਨ ਜ਼ਮੂਨ ਲੈਂਦੇ ਨੇ, ਉੱਤੋਂ ਅੱਲਾ ਦੀ ਮਰੀ ਆਪਣੇ ਮਕਾਨ ਛੱਤਦੇ ਨੇ, ਕੋਠੇ ਕੁੱਠੇ ਪਾਉਂਦੇ ਨੇ, ਤੇ ਬਾਬਾ ਜੀ ਪੂਰੇ ਪਿੰਡ ਵਿੱਚੋਂ ਅਮੀਰ ਹੋ ਜਾਂਦੇ ਨੇ। ਸਹੀ, ਉਹ ਨਾਲ ਵਾਲੇ ਗੁਆਂਢੀ ਬੜਾ ਸੜਨ, ਉਹ ਆਖਣ ਯਾਰ ਕੱਲ੍ਹ ਤੀਕਰ ਭੁੱਖੇ ਮਰਦੇ ਰਹੇ ਨੇ, ਅਤੇ ਅੱਜ ਇਹਨਾਂ ਕੋਲ ਪੈਸਾ ਇੰਨਾ ਕਿੱਥੋਂ ਆ ਗਿਆ? ਉਹ ਜਨਾਬ ਜੀ ਗੁਆਂਢੀਆਂ ਦੀ ਦਨਾਨੀ ਜਿਹੜੀ ਨਾ, ਉਹ ਮਰਾਸੀ ਦੀ ਬੀਵੀ ਕੋਲ ਆਉਂਦੀ ਹੈ, ਅਤੇ ਉਹ ਆਉਂਦੀ ਹੈ, ਇਹ ਤੁਹਾਨੂੰ ਰੱਬ ਨੇ ਕਿੱਥੋਂ ਮਾਲ ਦਿੱਤਾ, ਅਤੇ ਕੀ ਹਿਸਾਬ ਕਿਤਾਬ ਹੈ, ਅਤੇ ਕੋਈ ਮੇਰੇ ਵੀ ਪੁੱਤਰ ਵਿਹਲੇ ਫਿਰਦੇ ਹੁੰਦੇ ਨੇ, ਅਤੇ ਕੋਈ ਇਹਨੂੰ ਵੀ ਆਪਣੇ ਬੰਦੇ ਨੂੰ ਆਖ ਲੈ ਜਾਵਣ ਕਰਨ ਕੰਮ 'ਤੇ, ਅਸੀਂ ਵੀ ਭੁੱਖੇ ਮਰਦੇ ਪਏ ਹੁੰਦੇ ਹਾਂ। ਅਤੇ ਉਹ ਸਕੇ, ਚਲੋ ਮੈਂ ਆਪਣੇ ਬੰਦੇ ਨਾਲ ਤਰਲਾ ਕਰਾਂਗੀ, ਅਤੇ ਤੁਹਾਡਾ ਵੀ ਜਿਹੜਾ ਨਾ ਸਵੇਰੇ ਨਹੀਂ ਤਾਂ ਪਰਸੋਂ ਮੁੰਡਾ ਕੰਮ 'ਤੇ ਲੈ ਜਾਣਗੇ। ਉਹ ਜਨਾਬ ਜੀ ਆਪਣੇ ਬੰਦੇ ਉਮਰਾਸੀ ਨੂੰ ਆਉਂਦੀ ਆ ਕਿ ਜਿਹੜਾ ਗੁਆਂਢੀ ਆਏ ਨਾ ਸਾਡੇ, ਉਹਨਾਂ ਦਾ ਵੀ ਮੁੰਡਾ ਤੂੰ ਲੈ ਜਾਵੀਂ ਨਾਲ ਕੰਮ 'ਤੇ, ਉਹ ਨਮਾਣੇ ਭੁੱਖੇ ਮਰਦੇ ਪਏ ਹੁੰਦੇ ਨੇ, ਚਲੋ ਉਹਨਾਂ ਦਾ ਵੀ ਕੋਈ ਸਵਾਬ ਰੋਟੀ ਦਾ ਬਣ ਜਾਏਗਾ। ਬਿਲਕੁਲ। ਉਹ ਜੀ ਜਨਾਬ ਜੀ ਮਰਾਸੀ ਸਵੇਰੇ ਆਪਣੇ ਗੁਆਂਢੀ ਨੂੰ ਲੈ ਕੇ ਨਾ ਟੁਰ ਪਾਉਂਦਾ ਜੰਗਲ ਵਾਲੀ।
ਜਦੋਂ ਜੰਗਲ ਵੱਲ ਜਾਂਦੇ ਨੇ ਨਾ ਉਸ ਟਿੱਬੇ ਕੋਲ ਆਸ ਪਹੁੰਚਦੇ ਨੇ ਅਤੇ ਅੱਗੋਂ ਵੇਖਦੇ ਜੀ ਬਾਦਸ਼ਾਹ ਦੇਵਾਂ ਦਾ ਜਿਹੜਾ ਨਾ ਚੰਗਾ ਵੱਡਾ ਜਿਹਾ ਕਾਫਲਾ ਟੁਰਿਆ ਹੁੰਦਾ ਅਤੇ ਉੱਤੇ ਉਹਨਾਂ ਸੋਨੇ ਦੀਆਂ ਪਰਾਤਾਂ ਸਿਰਾਂ 'ਤੇ ਰੱਖੀਆਂ ਹੁੰਦੀਆਂ ਨੇ ਵਿੱਚ ਉਹਨਾਂ ਪਾਈ ਹੁੰਦੀ ਚੂਰੀ ਅਤੇ ਉਹ ਆਉਂਦੇ ਪਏ ਹੁੰਦੇ ਨੇ ਜਦੋਂ ਮਰਾਸੀ ਅਤੇ ਮਰਾਸੀ ਦਾ ਗੁਆਂਢੀ ਜਿਹੜਾ ਨਾ ਉਹ ਦੋਵੇਂ ਵੇਂਹਦੇ ਨੇ ਕਿ ਦੇ ਤਾਂ ਚੰਗੇ ਰਾਜ ਆਉਂਦੇ ਨੇ ਉਹ ਭੱਜ ਕੇ ਚੜ ਜਾਂਦੇ ਨੇ ਟਾਹਲੀ 'ਤੇ ਅਤੇ ਟਾਹਲੀ ਦੇ ਥੱਲੇ ਆਉਂਦਾ ਖੂਹ ਜਿਹਾ ਬਣਿਆ ਆ ਜਿੱਥੋਂ ਉਹ ਪਾਣੀ ਪੂਣੀ ਵੀ ਪੀਂਦੇ ਨੇ ਅਤੇ ਉਹ ਜਨਾਬ ਜੀ ਨਾ ਉਹ ਜੇ ਦੇ ਨੇ ਉਹ ਸਾਰੇ ਆ ਕੇ ਉਸ ਟਾਹਲੀ ਦੇ ਥੱਲੇ ਬਹਿ ਜਾਂਦੇ ਨੇ ਅਤੇ ਮਰਾਸੀ ਅਤੇ ਮਰਾਸੀ ਦਾ ਜਿਹੜਾ ਗੁਆਂਢੀ ਹੈ ਉਹ ਟਾਹਲੀ ਦੇ ਉੱਤੇ ਚੜ੍ਹੇ ਆਉਂਦੇ ਨੇ ਅਤੇ ਉਹ ਜਦੋਂ ਆ ਕੇ ਥੱਲੇ ਬਹਿੰਦੇ ਨੇ ਬਹਿ ਕੇ ਚੂਰੀ ਚੂਰੀ ਖਾਂਦੇ ਨੇ ਪਰਾਤਾਂ ਪਰੂਤਾਂ ਥੱਲੇ ਰੱਖਦੇ ਨੇ ਅਤੇ ਉਹ ਜਿਹੜਾ ਜਾਂ ਦੇ ਜਿਹੜਾ ਮਸਲਨ ਮਰਾਸੀ ਨੂੰ ਟੱਕਰਿਆ ਸੀ ਉਹ ਹੁਣ ਆਪਣੇ ਜੀ ਜਨਾਬ ਜੀ ਸਰਦਾਰ ਨੂੰ ਨਾ ਆਪਣੀ ਸਟੋਰੀ ਸੁਣਾਉਣ ਲੱਗ ਪਿਆ ਉਸ ਕਿਹਾ ਸਰਦਾਰ ਜੀ ਮਿਹਨਤ ਰੱਬ ਨੇ ਬੜਾ ਰੱਖਿਆ ਐਂ ਜੀ ਜਈ ਜੀ ਬਾਦਸ਼ਾਹ ਜਿਬਰਾਈਲ ਫਰਿਸ਼ਤਾ ਆ ਗਿਆ ਅਤੇ ਉਹ ਤਾਂ ਮੇਰੀ ਕੱਢੂ ਸੀ ਜਾਨ ਅਤੇ ਉਹਦੇ ਕੋਲ ਆਪਣਾ ਉਹ ਜਿਹੜਾ ਰੱਛ ਜਿਹਾ ਵੀ ਆਇਆ ਸੀ ਜਾਨ ਕੱਢਣ ਵਾਲਾ ਅਤੇ ਉਹ ਤਾਂ ਮੈਨੂੰ ਰੱਛ ਮਾਰ ਕੇ ਜਾਨ ਮੇਰੀ ਕੱਢੂ ਆਈ ਅਤੇ ਮੈਂ ਤਾਂ ਜਨਾਬ ਜੀ ਤਰਲੇ ਮਿੰਨਤਾਂ ਗੋਡੀ ਲੱਗਾ ਅਤੇ ਉਹਨੂੰ ਬਾਦਸ਼ਾਹ ਖਜ਼ਾਨੇ ਦੀਆਂ ਚਾਰ ਪੰਡਾਂ ਦਿੱਤੀਆਂ ਨੇ ਅਤੇ ਆਪਣੀ ਮੈਂ ਜਾਨ ਛਡਾ ਲਈ ਹੈ ਅਤੇ ਮੈਂ ਤਾਂ ਕੱਲ੍ਹ ਬੜਾ ਅਦਾਬ ਵਿੱਚ ਫਸ ਗਿਆ ਤੂੰ ਉਹ ਉਹਨੇ ਆ ਕੇ ਜਾ ਤੂੰ ਤਾਂ ਹੈ ਹੀ ਚੁੱਡੂ ਅੱਲਾ ਦੀਆਂ ਬੰਦਿਆਂ ਤੇਰੀ ਜਗ੍ਹਾ 'ਤੇ ਮੈਂ ਆਉਂਦਾ ਅਤੇ ਮੈਨੂੰ ਜਿਬਰਾਈਲ ਫਰਿਸ਼ਤਾ ਆਉਂਦਾ ਅਤੇ ਮੈਂ ਤੁਹਾਨੂੰ ਦੰਦ ਥੱਲੇ ਰੱਖ ਕੇ ਇੰਝ ਕਰਨਾ ਸੀ ਤਾਂ ਉਹਨੇ ਮਰ ਜਾਣਾ ਸੀ ਉਹ ਜਨਾਬ ਜੀ ਮਰਾਸੀ ਦਾ ਗੁਆਂਢੀ ਜਿਹੜਾ ਉੱਤੇ ਬੈਠਾ ਸੀ ਟਾਣ 'ਤੇ ਉਹਦੇ ਡਰ ਤੂੰ ਛੁੱਟ ਗਏ ਹੱਥ ਤੋ ਜੂ ਉੱਤੋਂ ਡਿੱਗਾ ਸਿੱਧਾ ਛੱਪੜੀ ਦੇ ਵਿੱਚ ਅਤੇ ਉੱਤੋਂ ਜਿਹਾ ਮਰਾਸੀ ਬੈਠਾ ਸੀ ਉਹਨੇ ਵੀ ਉੱਤੋਂ ਛਲਾਂਗ ਮਾਰੀ ਅਤੇ ਉਸ ਜਨਾਬ ਜੀ ਕਿੰਗ ਵਜਾਉਣੀ ਸ਼ੁਰੂ ਕਰ ਦਿੱਤੀ ਉਸ ਕਿਹਾ ਵੜਨ ਨੂੰ ਨੱਪ ਵੜਨ ਨੂੰ ਨੱਪ ਉਹ ਜਨਾਬ ਜੀ ਜਿਹੜਾ ਉਹਨਾਂ ਦਾ ਸਰਦਾਰ ਸੀ ਉਹ ਤਾਂ ਆਪਣੇ ਕਾਫਲੇ 'ਤੇ ਵੀ ਸਾਰੀਆਂ ਤੂੰ ਅੱਗੇ ਪਿੱਛੇ ਪਿੱਛੇ ਦੂਜੇ ਜੇ ਤੋਂ ਸਾਰੀਆਂ ਤੂੰ ਅੱਗੇ ਦੇ ਉਹਨੇ ਪਿਛਲੇ ਨੇ ਉਹ ਜਿਹੜਾ ਮਰਾਸੀ ਨੂੰ ਪਹਿਲੇ ਟੱਕਰਿਆ ਤੂੰ ਉਸ ਕਿਹਾ ਲੈ ਹੁਣ ਤੂੰ ਆ ਗਿਆ ਨਾ ਜਿਬਰਾਈਲ ਫਰਿਸ਼ ਤੇਰਾ ਨਾਂ ਲਿਆ ਤੋ ਸਮਾਨਾ ਤੂੰ ਆ ਗਿਆ ਤੇ ਹੁਣ ਮਗਰ ਲੱਗ ਗਏ ਨਹੀਂ ਹੁਣ ਭੱਜ ਉਹ ਜਨਾਬ ਜੀ ਸਰਦਾਰ ਸਾਰੀਆਂ ਤੂੰ ਅੱਗੇ ਅੱਗੇ ਉਹ ਭੱਜ ਕੇ ਦੇ ਉਹਨਾਂ ਜਨਾਬ ਜੀ ਸਾਰੀਆਂ ਸੋਨੇ ਦੀਆਂ ਪਰਾਤਾਂ ਇਕੱਠੀਆਂ ਕੀਤੀਆਂ ਅਤੇ ਪਰਾਤਾਂ ਇਕੱਠੀਆਂ ਕਰਕੇ ਉਹ ਲੈ ਗਿਆ ਘਰ ਅਤੇ ਉਹਨੇ ਜਨਾਬ ਜੀ ਅੱਧੀਆਂ ਆਪ ਰੱਖੀਆਂ ਅੱਧੀਆਂ ਆਪਣੇ ਗੁਆਂਢੀ ਨੂੰ ਦਿੱਤੀਆਂ ਅਤੇ ਉਹ ਦੋਵਾਂ ਅੱਲਾ ਦੀ ਅਮਰੀਆ ਵੇਚ ਪੂਛ ਕੇ ਅਤੇ ਉਹ ਵੀ ਅਮੀਰ ਤਰੀਨ ਹੋ ਗਏ ਇਹ ਬਸ ਰੱਬ ਦੀ ਦੇਣ ਹੁੰਦੀ ਹੈ ਕਿੱਥੋਂ ਰੱਬ ਨੇ ਵੇਖ ਲਾ ਮਰਾਸੀਆਂ ਨੂੰ ਵੀ ਅੱਲਾ ਦੀ ਅਮਰੀਆ ਕਿਸਮਤ ਉਹਨਾਂ ਦੀ ਚਮਕੀ ਆ ਅਤੇ ਉਹਨਾਂ ਵੇਖ ਲੈ ਦੇਵਾਂ ਦੇ ਜ਼ਰੀਏ ਅਗਲਿਆਂ ਆਪਣਾ ਮਾਲ ਕਮਾ ਜੀ ਰੱਬ ਦੇਣ ਚਾਹੇ ਫਿਰ ਦੇ ਬਿਲਕੁਲ ਇੰਜੇ ਗੱਲ ਬੇਸ਼ੱਕ ਉਹ ਕੋਈ ਵੀ ਹੋਏ ਤੇ ਐਸੇ ਲਈ ਸਾਡੀ ਜਿਹੜੀ ਸਟੋਰੀਆਂ ਨੇ ਪੰਜਾਬੀ ਦੇਸੀ ਸਪੈਸ਼ਲ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਔਰ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਖਾਸ ਬਿਲਕੁਲ ਅਸੀਂ ਤੁਹਾਡੇ ਵਾਸਤੇ ਜਨਾਬ ਜੀ ਵੀਡੀਓ ਬਣਾਉਂਦੇ ਹਾਂ ਕਿ ਅਸੀਂ ਆਪਣੇ ਜਿਹੜੇ ਭਰਾ ਨੇ ਸਾਡੇ ਵੀਡੀਓ ਵੇਖਣਗੇ ਅਤੇ ਉਹ ਖੁਸ਼ ਹੋਣਗੇ ਸਪੈਸ਼ਲ ਦੇਸੀ ਨੌਲੇਜ ਮਿਲੇਗਾ ਅਤੇ ਅੱਲਾ ਹਾਫਿਜ਼ ਇਨਸ਼ਾਅੱਲਾ ਅਗਲੀ ਵੀਡੀਓ 'ਚ ਮਿਲਾਂਗੇ ਓਕੇ ਹੋ ਗਿਆ ਅੱਲਾ